ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਦਾ YouTube ਚੈਨਲ ਸਵੇਰਾ ਸਟਾਰ ਟਾਕਸ ਤੇ ਮੈਂ ਹਾਂ ਤਾਨਿਆ ਤੇ ਮੇਰੇ ਨਾਲ ਹੈ ਦੱਸਣ ਦੀ ਲੋੜ ਨਹੀਂ ਸਾਰਿਆਂ ਨੂੰ ਪਤਾ ਹੈ ਮੈਂ ਫੇਮਸ ਹਾਂ ਓਕੇ ਫਿਰ ਮੇਰਾ ਇੱਕ ਆਨਸਰ ਦਿਓ ਤੁਸੀਂ ਕਦੀ ਟਾਇਲਟ ਦੇਖੀ ਹੈ ਇੱਕ ਸਵਾਲ ਥੋੜੀ ਹੈ ਇਹ ਵੈਸੇ ਪੁੱਛ ਸਕਦੇ ਹੋ ਤੁਸੀਂ ਕਿ ਕਦੀ ਟਾਇਲਟ ਦੇਖੀ ਹੈ ਯੈਸ ਟਾਇਲਟ ਦੇਖੀ ਤਾਂ ਹਰ ਕਿਸੇ ਨੂੰ ਹੁੰਦੀ ਹੈ ਪਰ ਇਸ ਬਾਰੇ ਗੱਲ ਕਰਨ ਦਾ ਮਤਲਬ ਮੈਂ ਗੱਲ ਕਰ ਰਹੀ ਹਾਂ ਮੂਵੀ ਬਾਰੇ ਅੱਛਾ ਟਾਇਲਟ ਇੱਕ ਪ੍ਰੇਮ ਕਥਾ ਬਿਲਕੁਲ ਦੇਖੀ ਹੈ ਬਹੁਤ ਵਧੀਆ ਮੂਵੀ ਹੈ ਔਰ ਅੱਜ ਅਸੀਂ ਟਾਇਲਟ ਇੱਕ ਪ੍ਰੇਮ ਕਥਾ ਨਾਲ ਜੁੜੀਆਂ ਕੁਝ ਐਸੀਆਂ ਗੱਲਾਂ ਦੱਸਾਂਗੇ ਜੋ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਨੰਬਰ 1 ਗੱਲ ਇਹ ਹੈ ਕਿ ਅਕਸ਼ੇ ਕੁਮਾਰ ਨੇ ਟਵੀਟ ਕੀਤਾ ਕਿ ਉਹਨਾਂ ਦੀ ਤੇ ਅਨੁਪਮ ਖੇਰ ਦੀ 20th ਫਿਲਮ ਆਈ ਇਕੱਠੇ ਨੰਬਰ 2 ਅਕਸ਼ੇ ਕੁਮਾਰ ਦੀ 5 ਸਾਲ ਪਹਿਲਾਂ ਮੂਵੀ ਆਈ ਸੀ ਰਾਉਡੀ ਰਾਠੌਰ ਜਿਨੇ 131 ਕਰੋੜ ਰੁਪਏ ਕੁਝ ਸਮਥਿੰਗ ਕਮਾਏ ਸੀਗੇ ਔਰ ਟਾਇਲਟ ਇੱਕ ਪ੍ਰੇਮ ਕਥਾ ਨੇ 133.6 ਕਰੋੜ ਤੋਂ ਵੀ ਜ਼ਿਆਦਾ ਪੈਸੇ ਕਮਾ ਲਏ ਨੇ ਨੰਬਰ 3 ਐਕਟਰਸ ਸ਼ੋਭਾ ਜੀ ਨੇ ਕਮਬੈਕ ਕੀਤਾ ਇਸ ਮੂਵੀ ਦੇ ਥਰੂ ਆਫਟਰ 12 ਇਅਰਸ ਹਿੰਦੀ ਸਿਨੇਮਾ 'ਚ ਇਸ ਤੋਂ ਪਹਿਲੇ ਉਹਨਾਂ ਨੇ 2005 'ਚ ਮੂਵੀ ਕੀਤੀ ਸੀ ਜ਼ਮੀਰ ਨੰਬਰ 4 ਇਹ ਹੈ ਜੀ ਕਿ ਫਿਲਮ ਮੇਕਰ ਪ੍ਰਵੀਨ ਵਿਆਸ ਨੇ ਇਸ ਮੂਵੀ ਤੇ ਕੇਸ ਕਰਤਾ ਸੀਗਾ ਉਹ ਕਹਿੰਦੇ ਮੇਰੀ ਇੱਕ ਮੂਵੀ ਆਈ ਸੀ ਮਾਨਿਨੀ ਉਸ ਮੂਵੀ 'ਚੋਂ ਡਾਇਲੌਗਸ ਚੋਰੀ ਕਰ ਲਏ ਇਹਨਾਂ ਨੇ ਸੋ ਮੈਂ ਕੇਸ ਕਰੂੰਗਾ ਟਾਇਲਟ ਇੱਕ ਪ੍ਰੇਮ ਕਥਾ ਮੂਵੀ ਦੀ ਸਟਾਰਟਿੰਗ 'ਚ ਲਿਖ ਕੇ ਆਉਂਦਾ ਇਨਸਪਾਇਰਡ ਬਾਈ ਟਰੂ ਸਟੋਰੀ ਪਰ ਤੁਹਾਨੂੰ ਦੱਸਣਾ ਇੱਕ ਘਟਨਾ ਹੀ ਸੱਚੀ ਹੈ ਲਵ ਸਟੋਰੀ ਸੱਚੀ ਨਹੀਂ ਹੈ ਟਾਇਲਟ ਇੱਕ ਪ੍ਰੇਮ ਕਥਾ ਮੂਵੀ ਤੁਸੀਂ ਵੀ ਦੇਖੀ ਅਸੀਂ ਵੀ ਦੇਖੀ ਬਟ ਅਸੀਂ ਥੋੜੀ ਧਿਆਨ ਨਾਲ ਦੇਖੀ ਮੂਵੀ 'ਚ ਕੁਝ ਗਲਤੀਆਂ ਨੇ ਜਿਹਦੇ ਤੇ ਬਹੁਤ ਘੱਟ ਲੋਕਾਂ ਦੀ ਨਜ਼ਰ ਗਈ ਸਾਡੀ ਚਲੀ ਗਈ ਨੰਬਰ 1 ਇੱਕ ਸੀਨ ਕੇਸ਼ਵ ਪੌੜੀਆਂ ਚੜ ਰਿਹਾ ਪਿੱਛੋਂ ਦਿਖਾਇਆ ਗਿਆ ਹੈ ਕਿ ਉਹਦੇ ਲੈਫਟ ਹੈਂਡ ਵਿੱਚ ਕੁਝ ਵੀ ਨਹੀਂ ਹੈ ਪਰ ਕੈਮਰਾ ਐਂਗਲ ਚੇਂਜ ਹੁੰਦੇ ਹੀ ਉਹਦੇ ਹੱਥ 'ਚ ਫਾਈਲ ਓਏ ਆ ਕੌਣ ਫੜਾ ਗਿਆ ਨੰਬਰ 2 ਕੇਸ਼ਵ ਦੀ ਵਾਈਫ ਕੇਸ਼ਵ ਨੂੰ ਕ੍ਰਾਸ ਕਰਦੀ ਹੈ ਤੇ ਭਾਂਡੇ ਸਿੱਟਦੀ ਹੈ ਪਰ ਕੈਮਰਾ ਐਂਗਲ ਚੇਂਜ ਹੁੰਦੇ ਹੀ ਭਾਂਡੇ ਕੇਸ਼ਵ ਦੇ ਪੈਰਾਂ ਅੱਗੇ ਆ ਜਾਂਦੇ ਆ ਇਹ ਭਾਂਡੇ ਪਿੱਛੇ ਕਿੱਦਾਂ ਆਏ ਨੰਬਰ 3 ਭਾਈ ਸਾਹਿਬ ਇਸ ਸੀਨ ਕੋ ਅੱਛੀ ਤਰ੍ਹਾਂ ਸੇ ਦੇਖੀ ਸੀਨ 'ਚ ਦੋਨੋਂ ਆਦਮੀ ਖੜੇ ਹੈ ਪਿੱਛੇ ਕੋਈ ਨਹੀਂ ਹੈ ਕੈਮਰਾ ਐਂਗਲ ਚੇਂਜ ਹੋਤੇ ਹੀ ਦੋ ਲੜਕੀਆਂ ਪਿੱਛੇ ਆ ਗਈ ਇਤਨੇ ਸੁੰਦਰ ਭਾਈ ਸਾਹਿਬ ਤੋਂ ਹੈ ਨਹੀਂ ਜੋ ਇਨਕੇ ਪਿੱਛੇ ਦੋ ਲੜਕੀਆਂ ਪੜੀ ਹੋਈ ਹੈ ਨੰਬਰ 4 ਇਸ ਸੀਨ ਵਿੱਚ ਇਸ ਬੰਦੇ ਨੇ ਅਕਸ਼ੇ ਕੁਮਾਰ ਉੱਤੇ ਕਿੰਨਾ ਰੰਗ ਸੁੱਟਿਆ ਪਰ ਕੈਮਰਾ ਐਂਗਲ ਚੇਂਜ ਹੁੰਦੇ ਹੀ ਉਹ ਨੀਟ ਐਂਡ ਕਲੀਨ ਹੋ ਗਿਆ ਫਿਰ ਕੈਮਰਾ ਐਂਗਲ ਚੇਂਜ ਹੁੰਦੇ ਉਹਦੇ ਉੱਤੇ ਰੰਗ ਆ ਗਿਆ ਫਿਰ ਕੈਮਰਾ ਐਂਗਲ ਚੇਂਜ ਹੁੰਦੇ ਹੀ ਉਹ ਸਾਫ ਸੁਥਰਾ ਹੋ ਗਿਆ ਇਹ ਗਾਣਾ ਦੇਖਣ ਤੋਂ ਬਾਅਦ ਮੇਰੀ ਮੰਮਾ ਡਿਟਰਜੈਂਟ ਲੱਭਣ ਗਏ ਉਹ ਦੇਖਣ ਗਏ ਕਿ ਐਸਾ ਕਿਹੜਾ ਡਿਟਰਜੈਂਟ ਹੈ ਜਿਹੜਾ ਅਕਸ਼ੇ ਕੁਮਾਰ ਨੇ ਯੂਜ਼ ਕੀਤਾ ਨੰਬਰ 5 ਇਸ ਸੀਨ ਵਿੱਚ ਅਕਸ਼ੇ ਕੁਮਾਰ ਹੀਰੋਇਨ ਨੂੰ ਸੈੱਟ ਕਰ ਰਿਹਾ ਹੈ ਉਹਨੂੰ ਆਪਣੇ ਪਿਆਰ ਦੇ ਜਾਲ 'ਚ ਫਸਾਉਣਾ ਚਾਹੁੰਦਾ ਹੈ ਪਰ ਤੁਸੀਂ ਅਕਸ਼ੇ ਕੁਮਾਰ ਵੱਲ ਨਾ ਦੇਖੋ ਹੀਰੋਇਨ ਵੱਲ ਨਾ ਦੇਖੋ ਆਟੋ ਦਾ ਨੰਬਰ ਦੇਖੋ ਨੰਬਰ ਹੈ UP7371130 ਹੁਣ ਅਕਸ਼ੇ ਕੁਮਾਰ ਨੇ ਕੁੜੀ ਨੂੰ ਸੈੱਟ ਕਰ ਲਿਆ ਹੈ ਆਪਣੇ ਪ੍ਰੇਮ ਵਿੱਚ ਫਸਾ ਲਿਆ ਹੈ ਪਰ ਸਰ ਹੁਣ ਵੀ ਹੀਰੋ ਹੀਰੋਇਨ ਵੱਲ ਨਾ ਦੇਖੋ ਆਟੋ ਨੰਬਰ ਦੇਖੋ ਕੀ ਹੈ UP7371130 ਯਾਨੀ ਕਿ ਇੱਥੇ ਲੋਕੀ ਬਹੁਤ ਨੇ ਆਟੋ 1 ਤੇ ਨੰਬਰ 6 ਸਰ ਇਸ ਸੀਨ ਨੂੰ ਧਿਆਨ ਨਾਲ ਦੇਖੋ ਅਕਸ਼ੇ ਕੁਮਾਰ ਦਾ ਭਰਾ ਪਿੱਛੇ ਬੈਠ ਕੇ ਮੋਬਾਈਲ 'ਚ ਬਿਜ਼ੀ ਹੈ ਸ਼ਾਇਦ ਲੁੱਡੋ ਖੇਡ ਰਿਹਾ 6 ਆ ਜਾਣ ਉਹਨੂੰ ਕੁਛ ਨਹੀਂ ਪਤਾ ਕਿ ਹੀਰੋਇਨ ਕੋਲੋਂ ਲੰਘੀ ਹੈ ਪਰ ਜਿੱਦਾਂ ਹੀ ਹੀਰੋਇਨ ਕੋਲੋਂ ਨਿਕਲੀ ਅਕਸ਼ੇ ਕੁਮਾਰ ਦੀ ਇਹ ਭਾਜੀ ਕਹਿਣ ਆ ਗਏ ਭਈਆ ਜੀ ਖੇਡ ਲਓ ਭਈਆ ਜੀ ਖੇਡ ਲਓ ਇਸ ਸੀਨ ਦੇ ਵਿੱਚ ਦੇਖੋ ਹੀਰੋ ਹੈ ਹੀਰੋਇਨ ਹੈ ਬਾਈਕ ਤੇ ਜਾ ਰਿਹਾ ਪਿੱਛੇ ਕਿੰਨੇ ਸਾਰੇ ਬਾਈਕ ਆ ਰਹੇ ਆ ਪਰ ਅਗਲੇ ਹੀ ਸੀਨ 'ਚ ਸੜਕ ਖਾਲੀ ਉਹ ਬਾਈਕ ਵਾਲੇ ਕਿੱਥੇ ਚਲੇ ਗਏ ਔਰ ਮਾਈ ਲਾਰਡ ਗੌਰ ਕੀਆ ਜਾਏ ਦੂਸਰੀ ਤਰਫ ਕੋਈ ਟਰੈਕਟਰ ਨਹੀਂ ਥਾ ਪਰ ਇਸ ਸੀਨ 'ਚ ਟਰੈਕਟਰ ਕਿੱਦਾਂ ਆ ਗਿਆ ਸੋ ਅੱਜ ਅਸੀਂ ਦੱਸਿਆ ਟਾਇਲਟ ਇੱਕ ਪ੍ਰੇਮ ਕਥਾ ਮੂਵੀ 'ਚ ਕਿਹੜੀਆਂ ਗਲਤੀਆਂ ਨੇ ਤੇ ਤੁਸੀਂ ਕਮੈਂਟ ਕਰਕੇ ਦੱਸੋ ਅਗਲੀ ਕਿਹੜੀ ਮੂਵੀ 'ਚ ਤੁਸੀਂ ਗਲਤੀਆਂ ਦੇਖਣਾ ਚਾਹੁੰਦੇ ਹੋ ਹਾਂ ਫਿਰ ਅਸੀਂ ਉਸ ਮੂਵੀ ਨੂੰ ਚੰਗੀ ਤਰ੍ਹਾਂ ਦੇਖਾਂਗੇ ਉਹਦੇ 'ਚੋਂ ਗਲਤੀਆਂ ਕੱਢਾਂਗੇ ਔਰ ਤੁਹਾਨੂੰ ਦੱਸਾਂਗੇ ਫੋਰ ਉਹ ਇੰਗਲਿਸ਼ 'ਚ ਜੋ ਬੋਲਦੇ ਬੋਲੋ ਤੇ ਤੁਸੀਂ ਦੇਖਦੇ ਰਹੋ ਸਵੇਰਾ ਟੀਵੀ ਐਂਡ ਫੋਰ ਮੋਰ ਬਾਲੀਵੁੱਡ ਐਂਡ ਫਾਲੀਵੁੱਡ ਅਪਡੇਟ ਸਬਸਕ੍ਰਾਈਬ ਆਰ ਚੈਨਲ ਸਵੇਰਾ ਸਟਾਰ ਟਾਕਸ ਰੱਟਾ ਲਾਇਆ ਹੈ।